ਦੀ ਮੇਰੇ ਪੁੱਤਰਾਂ ਨੇ ਮੈਨੂੰ ਬਾਹਰ ਚੱਲਣ ਕਹਿ ਦਿੱਤਾ, ਮੁਹੱਲੇ 'ਚ ਜਾ ਕੇ ਪਿੱਛੋਂ ਮੇਰੀਆਂ ਲੋਕ ਸਿਫਤਾਂ ਕਰਦੇ ਨੇ, ਇਸ ਉਮਰ ਜਹਿਰਤ ਖਾਤਰ ਮੇਰੀ ਔਲਾਦ ਨੇ ਮੈਨੂੰ ਜ਼ਲੀਲ ਕੀਤਾ, ਤਿੰਨਾਂ ਮਕਾਨ ਨੇ, ਦੋ ਮਕਾਨ ਵੇਚ ਕੇ ਖਾ ਲਏ ਨੇ ਇਹਨਾਂ ਦੋਵਾਂ ਨੇ, ਹੁਣ ਤੀਸਰੇ ਮਕਾਨ 'ਤੇ ਕਬਜ਼ਾ ਕੀਤਾ, ਬੜੇ ਜ਼ੁਲਮ ਕੀਤੇ ਨੇ ਨਫਤਰਿਆਂ ਨੇ, ਮੈਨੂੰ ਮਾਰਨ ਨੂੰ ਫਿਰਦੇ ਨੇ, ਮਾਈ ਮਰ ਜਾਵੇ ਜਿੰਨਾ ਚਿਰ ਜਿਉਂਦੀ ਅਸੀਂ ਖਰਚਾ ਦੇਣੇ, ਮਾਈ ਮਰ ਜਾਵੇ ਮੈਨੂੰ ਕੀ ਦੇਣਾ ਖਰਚਾ, ਮੈਂ ਤਾਂ ਇੱਕ ਰੁਪਈਆ ਲੈ ਕੇ ਇਹਨਾਂ ਦੀ ਕਮਾਈ ਦਾ ਨਹੀਂ ਰਾਜ਼ੀ, ਮੈਨੂੰ ਕੀ ਦੇਣਾ, ਮੇਰੀ ਫਰਿਆਦ ਸੁਣਾ ਰੋਂਦੀ ਦੀ, ਮੈਂ ਹੱਥ ਜੋੜ ਕੇ ਆਉਂਦੀ ਹਾਂ, ਮੇਰੀ ਫਰਿਆਦ ਸੁਣਾ ਜੀ ਪੀ ਓ ਸਾਹਿਬ, ਮਰੀਅਮ ਨਵਾਜ਼ ਸ਼ਰੀਫ, ਮੇਰੀ ਫਰਿਆਦ ਸੁਣਾ, ਆਪਣੀ ਹਕੂਮਤ 'ਚ ਮੈਂ ਤੁਹਾਡੀ ਹਕੂਮਤ 'ਚ ਦਲੀਲ ਬਣਨੀ ਹਾਂ, ਪਾਕਿਸਤਾਨ 'ਚ ਇਹ ਪਾਕਿਸਤਾਨ 'ਚ ਇਸ ਤਰ੍ਹਾਂ ਦਾ ਸਾਡਾ ਸੋਹਣਾ ਪਾਕਿਸਤਾਨ ਸੀ, ਮਰੀਅਮ ਨਵਾਜ਼ ਮੈਂ ਸਾਡੀ ਦਲੀਲ ਹੁੰਦੇ ਹਾਂ, ਹੋਰ ਵੀ ਲੋਕਾਂ ਦੇ ਮਾਂ ਪਿਓ ਬੜੇ ਦਲੀਲ ਹੁੰਦੇ ਨੇ, ਉਹ ਮੇਰਾ ਬੰਦਾ 2 ਮਹੀਨੇ ਹੋਏ ਸਨ ਮਰੇ ਨੂੰ, ਆ ਕੇ ਤਾਂ ਦੇਣਾ ਸੀ, ਇਹ ਤਾਂ ਅਸੀਂ ਮਾਲਕ, ਮੇਰੇ ਮਕਾਨ ਦਾ ਤਾਲਾ ਤੋੜ ਕੇ ਅਤੇ ਵਿੱਚ ਕਬਜ਼ਾ ਕਰ ਲਿਆ, ਵਿੱਚੇ ਸਮਾਨ ਮੇਰਾ ਸੀ, ਵਿੱਚੇ ਮੇਰੀ ਧੀ ਦਾ, ਉਹਦੇ ਆ ਕੇ ਕਬਜ਼ਾ ਕਰਕੇ ਜਿਹੜੇ ਸਾਡਾ ਪਹਿਲਾ ਮਕਾਨ ਬਣਿਆ ਸੀ, TR ਗਾਰਡਰ ਸਨ, ਉਹ ਟਾ ਕੇ ਥੱਲੇ ਸੁੱਟ ਦਿੱਤੇ, ਉੱਤੇ ਜਿਹੜੇ ਸਿਰਮਣ ਦੇ ਬਾਲੇ ਪਾ ਕੇ ਅਤੇ ਦਿਨਾਂ ਦੇ ਵਿੱਚ 3-4 ਦਿਨਾਂ ਦੇ ਵਿੱਚ ਨਾ ਉਹਨੂੰ ਮਰਮਰ ਕਰਕੇ ਅਤੇ ਪਰਸਤਰ ਕਰਕੇ ਵਿੱਚ ਬਹਿ ਗਏ, ਸਾਡੀਆਂ ਇੱਟਾਂ ਉੱਤੇ ਲਾ ਕੇ ਮੈਨੂੰ ਧੱਕੇ ਦਿੱਤੇ, ਆਪਣਾ ਛਿੱਤਰ ਮਾਰੇ, ਆਪਣਾ ਪੈਰ ਦੀ ਹੱਡੀ ਟੁੱਟ ਗਈ, ਸੜ ਤੋਂ ਛਿੱਤਰ ਮਾਰੇ, ਹੱਥੋਂ ਦੇ ਗਾਹਤੇ ਮਾਰ ਮਾਰ ਗਵਾਤੇ ਛਿੱਤਰ ਮਾਰੇ ਉਹਨੇ, ਦੋਵਾਂ ਨੇ ਧੱਕੇ ਦੇ ਕੇ ਬਾਹਰ ਕੱਢਿਆ, ਜੇ ਮੈਂ ਗਈ ਤਾਂ ਠੀਕ ਹੋ ਗਈ, ਤਾਂ ਮੈਂ ਗਈ ਤਾਂ ਮੈਂ ਤਾਲੇ ਬਦਲੀ ਕਰ ਲਏ, ਵੱਡਾ ਮੁੰਡਾ ਤਾਲੇ ਬਦਲੀ ਕਰ ਲੈਂਦਾ, ਉਹਨੇ ਤਾਲੇ ਬਦਲ ਕਰ ਲਏ, ਇੱਥੇ ਨਾ ਵੀ ਛੁਰੀਆਂ ਲਿਆ ਕੇ ਮੇਰੇ ਮਗਰ ਨੱਠਿਆਂ ਦੇ, ਇੱਥੇ ਨਾ ਹੀ ਮੁਹੱਲੇ ਨੇ ਗਾਓ ਮੁਹੱਲੇਦਾਰ ਨੇ ਬੁੜੀਆਂ ਜਿਹੜੀਆਂ ਨੇ ਨਾ ਕਦੇ ਮੈਨੂੰ ਛਡਾਇਆ ਬੁਛਾ, ਤੂੰ ਆਪਣੇ ਚੁੱਪ ਕਰ ਕੇ ਚਲੀ ਜਾ ਘਰ। ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਮੇਜ਼ਬਾਨ ਉਸਮਾਨ, ਔਰ ਆਪ ਦੇਖ ਰਹੇ ਮੇਰਾ ਪੰਜਾਬ। ਨਾਜ਼ਰੀਨ, ਮੇਰੇ ਸਾਥ ਇਸ ਵਕਤ 65 ਸਾਲਾ ਇੱਕ ਮਾਜੀ ਮੌਜੂਦ ਹੈ, ਜਿਨਕੇ ਬੇਟੇ ਜੋ ਹੈ ਔਰ ਜਿਨਕੀ ਬਹੂਏ ਜੋ ਹੈ ਵੋ ਮਿਲ ਕੇ ਇਨ ਪੇ ਤਸ਼ੱਦਦ ਕਰਤੀ ਹੈ ਔਰ ਇਨਕੋ ਘਰ ਸੇ ਬਾਹਰ ਨਿਕਾਲ ਦੇਤੀ ਹੈ। ਅਬ 10 ਸਾਲ ਹੋ ਗਏ ਹੈ ਯੇ ਕਿਸੀ ਦੂਸਰੀ ਜਗ੍ਹਾ ਪੇ ਰਹਤੀ ਹੈ, ਛੁਪ ਕੇ ਉਨਸੇ ਰਹਿ ਰਹੀ ਹੈ ਔਰ ਅਭੀ ਵੀ ਇਨਕੋ ਧਮਕਾਇਆ ਜਾਤਾ ਹੈ, ਇਨ ਪੇ ਜੋ ਹੈ ਇਨਕੋ ਡਰਾਇਆ ਜਾਤਾ ਹੈ, ਔਰ ਇਨਕਾ ਜੋ ਜਿਤਨੀ ਜਾਇਦਾਦ ਥੀ ਉਸ ਪੇ ਵੀ ਉਨ ਬੇਟੋ ਨੇ ਔਰ ਬਹੂਓ ਨੇ ਮਿਲ ਕੇ ਕਬਜ਼ਾ ਕਰ ਲਿਆ ਹੈ। ਅਬ ਇਨਕੇ ਪਾਸ ਸਿਰਫ 4 ਮਰਲੇ ਜੋ ਹੈ ਵੋ ਜ਼ਮੀਨ ਰਹੀ ਹੈ, ਲੇਕਿਨ ਅਭੀ ਵੀ ਬੇਟੇ ਔਰ ਬਹੂਏ ਮਿਲ ਕੇ ਇਨਕੋ ਢੂੰਡ ਰਹੇ ਹੈ ਕਿ ਯੇ ਹਮੇ ਔਰਤ ਮਿਲੇ ਔਰ ਇਸਕਾ ਜੋ ਬਾਕੀ ਜਾਇਦਾਦ ਬਚੀ ਹੈ ਇਸਕੀ ਵੋ ਉਸ ਪੇ ਵੀ ਕਬਜ਼ਾ ਕਰੇ। ਤੋ ਮਾਜੀ ਸੇ ਬਾਤ ਕਰਤੇ ਹੈਂ ਔਰ ਜਾਣਤੇ ਹੈਂ ਕਿ ਆਖਿਰ ਬੇਟੋ ਨੇ ਐਸਾ ਕਿਉਂ ਕੀਆ, ਆਖਿਰ ਐਸੀ ਕਿਆ ਨੋਬਤ ਆਈ ਕਿ ਬੇਟੋ ਨੇ ਆਪਕੇ ਸਾਥ ਇਤਨਾ ਜ਼ਬਰਦਸਤ ਜੋ ਹੈ ਵੋ ਜ਼ੁਲਮ ਕੀਆ, ਇਨਕੋ ਕੋਰਟ ਕਚਹਿਰੀ ਕੇ ਚੱਕਰ ਜੋ ਹੈ ਵੋ ਵੀ ਲਗਵਾਤੇ ਹੈਂ, ਬੜਾ ਇਨ ਪੇ ਜ਼ੁਲਮ ਕੀਆ ਗਿਆ, ਔਰ ਦੂਸਰਾ ਯੇ ਕਿ ਇਨਕੀ ਜੋ ਆਈ ਸਾਈਡ ਹੈ ਵੋ ਵੀ ਕਾਫੀ ਹੱਦ ਤੱਕ ਜੋ ਹੈ ਨਾ ਵੀਕ ਹੋ ਚੁੱਕੀ ਹੈ, ਇਨਸੇ ਬਾਤ ਕਰਤੇ ਹੈਂ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਬੁਸ਼ਰਾ ਬੇਗਮ, ਮੇਰਾ ਨਾਮ ਹੈ ਆਸਮ ਇਸ਼ਤਿਆਕ, ਆਬਦ ਇਸ਼ਤਿਆਕ, ਇਹਨਾਂ ਦੀਆਂ ਬੁੜੀਆਂ ਨੇ ਮਿਲ ਕੇ ਆਸਮ ਦੀ ਬੁੱਢੀ ਜਿਹੜੀ ਸਾਥ ਸੇ ਉਹ ਸਵਰਾ ਸਾਰੇ ਇੱਥੇ ਹੀ ਰਹੇ, ਮੈਨੂੰ ਮਾਰ ਕੱਟ ਕੇ ਬਾਹਰ ਕੱਢ ਦਿੱਤਾ, ਇੱਥੋਂ ਦਾ ਕਹਿ ਛੜਿਆ ਵੀ ਇਹਨਾਂ ਤਾਂ ਤਲਾਕ ਦੇ ਦਿੱਤੀ, ਤਲਾਕ ਦੇ ਮੁਹੱਲੇ 'ਚ ਮੁਹੱਲੇ ਨੇ ਰਜ਼ੀਲ ਕੀਤਾ, 530 ਜਿਹੜਾ ਆਸਮ ਇਸ਼ਤਿਆਕ ਨੇ ਵੇਚਿਆ, 529 ਜਿਹੜੇ ਆਬਦ ਇਸ਼ਤਿਆਕ ਨੇ ਵੇਚਿਆ, ਮੇਰੇ ਨਾਂ ਸੀ ਮਕਾਨ ਤੋਂ 2 ਮਕਾਨ ਤੁਹਾਡੇ ਵੇਚ ਦਿੱਤੇ ਤੁਹਾਡੇ ਪੁੱਤਰਾਂ ਨੇ, ਇੱਦਾਂ ਵੇਚ ਕੇ ਦਿਖਾ ਲਏ, ਘਰ ਦਾ ਸਮਾਨ ਵੀ ਲੁੱਟ ਲੜ ਕੇ ਸਾਰਾ ਕੋਈ ਲੈ ਗਏ, ਮੁੜ ਕੇ ਬਚਿਆ 1 ਮਕਾਨ ਹੈ, ਉਹ ਮੇਰਾ ਬੰਦਾ 2 ਮਹੀਨੇ ਹੋਏ ਸਨ ਮਰੇ ਨੂੰ, ਆ ਕੇ ਤਾਂ ਦੇਣਾ ਸੀ, ਇਹ ਤਾਂ ਅਸੀਂ ਮਾਲਕ, ਮੇਰੇ ਮਕਾਨ ਦਾ ਤਾਲਾ ਤੋੜ ਕੇ ਅਤੇ ਵਿੱਚ ਕਬਜ਼ਾ ਕਰ ਲਿਆ, ਵਿੱਚੇ ਸਮਾਨ ਮੇਰਾ ਸੀ, ਵਿੱਚੇ ਮੇਰੀ ਧੀ ਦਾ, ਉਹਦੇ ਆ ਕੇ ਕਬਜ਼ਾ ਕਰਕੇ ਜਿਹੜੇ ਸਾਡਾ ਪਹਿਲਾ ਮਕਾਨ ਬਣਿਆ ਸੀ, TR ਗਾਰਡਰ ਸਨ, ਉਹ ਟਾ ਕੇ ਥੱਲੇ ਸੁੱਟ ਦਿੱਤੇ, ਉੱਤੇ ਜਿਹੜੇ ਸਿਰਮਣ ਦੇ ਬਾਲੇ ਪਾ ਕੇ ਅਤੇ ਦਿਨਾਂ ਦੇ ਵਿੱਚ 3-4 ਦਿਨਾਂ ਦੇ ਵਿੱਚ ਨਾ ਉਹਨੂੰ ਮਰਮਰ ਕਰਕੇ ਅਤੇ ਪਰਸਤਰ ਕਰਕੇ ਵਿੱਚ ਬਹਿ ਗਏ, ਸਾਡੀਆਂ ਇੱਟਾਂ ਉੱਤੇ ਲਾ ਕੇ। ਅੱਛਾ, ਮੈਨੂੰ ਦੱਸੋ ਤੁਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਪਾਲਿਆ, ਕਿਸ ਤਰ੍ਹਾਂ ਮਿਹਨਤ ਕਰਕੇ? ਵਕਤਾਂ ਨਾਲ ਪਾਲਿਆ ਪੁੱਤਰ, ਇੰਨੀ ਮਿਹਨਤ ਕੀਤੀ, ਦਿਨ ਰਾਤ ਸਿਲਾਈਆਂ ਕੀਤੀਆਂ, ਪੜ੍ਹਾਇਆ, ਆਪਣਾ ਦਿਨ ਰਾਤ ਸਿਲਾਈ ਕੀਤੀ, ਕਢਾਈ ਕੀਤੀ ਅਤੇ ਇਹਨਾਂ ਨੂੰ ਪੜ੍ਹਾਇਆ ਲਿਖਾਇਆ, ਇੰਨੀ ਇਸ ਕਾਮਯਾਬ ਨਹੀਂ, ਅਵਾਰਾ ਫਿਰਦੇ ਰਹੇ ਗਲਤ ਮੁੰਡਿਆਂ ਦੇ ਨਾਲ, ਪਿੱਛੇ ਇਮਰਾਨ ਹੈਗਾ ਸੀ ਇਹਨਾਂ ਦਾ ਦੋਸਤ, ਉਹਦੇ ਨਾਲ ਜੋ ਗਲਤ ਕੰਮ ਕਰਦੇ ਉਹ ਇਹਨਾਂ ਨੂੰ ਛਡਾਉਂਦਾ ਸੀ,
ਜੇ ਵਾਣਾ ਨਾਲ ਲੜਾਈ ਹੋਈ ਤਾਂ ਬਾਹਰ ਨਿਕਲਿਆ, ਪਿਓ ਦਾ ਕੰਨ ਉਹਨਾਂ ਵੜ ਛੜਿਆ, ਉਹ ਅਸੀਂ ਭੁਗਤਦੇ ਰਹੇ, ਪਿਓ ਦਾ ਕੰਨ ਇਹਨਾਂ ਨੇ ਵੱਢਿਆ, ਵਾਣਾ ਨੇ ਵੱਢਿਆ ਨਾ, ਅਤੇ ਉਹ ਜੀ ਅਸੀਂ ਉਹ ਵੀ ਲੜਾਈ ਭੁਗਤਦੇ ਰਹੇ। ਕੋਈ ਗਲਤ ਪੈ ਥਾਣੇ ਜਾ ਕੇ ਤਾਂ ਕਹਿਣ ਲੱਗੇ ਜੀ ਇਹਨੇ ਗਲਤ ਵੀਡੀਓ, ਇਹ ਤਾਂ ਗਲਤ ਵੀਡੀਓ ਬਣਾਉਂਦੇ ਰਹੇ। ਉਹ ਜਦੋਂ ਅਸੀਂ ਘਰ ਨਾ ਹੋਣ ਤਾਂ ਸਾਡੇ ਮਗਰੋਂ ਵਾਣਾ ਨਾਲ ਲੈ ਕੇ ਅਤੇ ਗਲਤ ਵੀਡੀਓ ਬਣਾਏ, ਨਾਲ ਲਾਗੇ ਹੀ ਸਨ ਸਾਡੇ ਸਾਹਮਣੇ ਰਹਿੰਦੇ, ਸਾਡੇ ਮਤਲਬ ਬੇਟੇ ਜਿਹੜੇ ਗਲਤ ਵੀਡੀਓ ਬਣਾਉਂਦੇ ਸੀ, ਆਹੋ ਉਹ ਵੀ ਆਵਾਣ ਵੀ ਨਾਲ ਉਹ ਆ ਵਿੱਚੋਂ ਨਿਕਲ ਗਏ, ਮੁੱਕਰ ਗਏ, ਅਤੇ ਉਹ ਸਾਨੂੰ ਇਹਨਾਂ ਨੂੰ ਪਸੰਦ ਆ ਪਏ, ਇਹਨਾਂ ਨੂੰ ਉੱਥੋਂ ਵੀ ਛਡਾਇਆ ਅਤੇ ਸਮਝਾਇਆ ਵੀ ਗਲਤ ਕੰਮ ਨਾ ਕਰੋ, ਬੁਰਾ ਨਤੀਜਾ ਹੁੰਦਾ ਗਲਤ ਕੰਮ ਦਾ, ਨੇਕ ਮਾਂ ਪਿਓ ਨੇਕ ਹੈ, ਤੁਸੀਂ ਵੀ ਨੇਕ ਕੰਮ ਕਰਨ। ਤੁਹਾਡੇ ਜਿਹੜੇ ਬੱਚੇ ਨੇ ਉਹਨਾਂ ਦੀ ਸ਼ਾਦੀਆਂ ਤੁਸੀਂ ਫਿਰ ਕਰਤੀਆਂ, ਜਦੋਂ ਗਲਤ ਕੰਮ ਪਹਿਲੇ ਕਰਦੇ ਤੁਸੀਂ ਸ਼ਾਦੀਆਂ ਕਰਤੀਆਂ, ਅਤੇ ਸ਼ਾਦੀਆਂ ਤੋਂ ਬਾਅਦ ਬੱਚੇ ਤੁਹਾਡੇ ਸੁਧਰ ਗਏ ਆ, ਉਸ ਤੋਂ ਬਾਅਦ ਫਿਰ ਗਲਤ ਕੰਮ ਕਰਦੇ? ਮੈਂ ਆਉਂਦੀ ਰਹੀ ਇਹਨਾਂ ਦੇ ਪਿਓ ਨੂੰ ਵੀ ਇਹਨਾਂ ਦੀ ਕਮਾਈ ਮੱਲੇ ਵਾਲਿਆਂ ਦੇ, ਇਹਨਾਂ ਦੀ ਕਮਾਈ ਨਾਲ ਸ਼ਾਦੀ ਕਰਿਓ, ਇਹਨਾਂ ਨੂੰ ਨਾ ਕਰਿਓ, ਤੁਸੀਂ ਬੜੀਆਂ ਮਿਹਨਤਾਂ ਨਾਲ ਮਕਾਨ ਬਣਿਆ, ਮਾਲ ਟੋਣ ਇੱਥੇ ਆ ਗਿਆ ਸੀ ਨਾ, ਇਹਦਾ ਕੋਠੀ ਸੀ ਹੈਗੀ ਨਵਾਜ਼ ਸ਼ਰੀਫ ਦੀ, ਤੇਰਾ ਬਾਪ ਸੀ, ਤੇ ਉੱਥੋਂ ਜਾ ਜਾ ਕੇ ਤੇ ਮੈਂ ਇੱਥੇ ਲੈਣਾ 'ਚ ਲੱਗ ਲੱਗ ਕੇ ਤੇ ਮਕਾਨ ਲਏ, ਇੱਕ ਪਹਿਲਾ ਮਕਾਨ ਜਿਹੜੇ ਵੇਚਿਆ ਪਿਓ ਦੇ ਨਾਲ ਉਹ ਲਿਆ, ਦੋ ਜਿਹੜੇ ਮਕਾਨ, ਇੱਕ 60,000 ਦਾ ਲਿਆ, ਇੱਕ 5,00,000 ਦਾ ਲਿਆ ਸੀ, ਮੀਆਂ ਬੀਵੀ ਦੀ ਕਮਾਈ ਇਹਨਾਂ 10 ਰੁਪਈਆ ਕਮਾ ਕੇ ਨਹੀਂ ਦਿੱਤੇ। ਅੱਛਾ, ਮੈਨੂੰ ਦੱਸੋ ਤੁਹਾਡਾ ਆਪਣੇ ਬੱਚਿਆਂ ਨਾਲ ਸਲੂਕ ਕੈਸਾ ਸੀ ਕਿ ਜਿਹਦੀ ਵਜ੍ਹਾ ਨਾਲ ਤੁਹਾਡੇ ਬੱਚਿਆਂ ਨੇ ਤੁਹਾਡੇ ਮੇਰਾ ਬਹੁਤ ਅੱਛਾ ਸਲੂਕ ਸੀ, ਮੈਂ ਅੱਛਾ ਮੇਰੀਆਂ ਨੂੰਹਾਂ ਕਰ ਆਉਂਦੀਆਂ, ਮੇਰੀ ਖਿਦਮਤ ਕਰਨ ਦੀਆਂ, ਮੈਂ ਉਹਨੂੰ ਕਿਸੇ ਚੀਜ਼ ਤੋਂ ਤੰਗੀ ਨਹੀਂ ਦੇਣਾ, ਅਤੇ ਨੂੰਹਾਂ ਜਿਹੜੀਆਂ ਉਦੋਂ ਬਾਅਦ ਨਿਕਲੀਆਂ, ਉਹਨਾਂ ਦੇ ਮਾਂ ਪਿਓ ਜਿਹੜੇ ਉਦੋਂ ਬਾਅਦ ਚਵਲ ਨਿਕਲੇ, ਜਿਹੜੀ ਛੋਟੀ ਨੂੰਹ ਸੀ ਉਹ ਤਾਂ 8 ਦਿਨਾਂ 'ਚ ਉਹਦਾ ਮਾਂ ਪਿਓ ਇੱਥੇ ਹੀ ਪੱਕਾ ਆ ਗਿਆ ਸੀ, ਇੰਨਾ ਕੋਈ ਰਹਿੰਦੇ ਸਨ, ਅਤੇ ਮੈਨੂੰ ਘਰੋਂ ਕੱਢਾ, ਮਾਰ ਕੁੱਟ ਕੇ ਘਰੋਂ ਕੱਢ ਦਿੱਤਾ ਨਾ, ਮੇਰੇ ਪੈਰ ਦੀ ਆਵੇ ਹੱਡੀ ਟੁੱਟੀ ਹੈ ਪੁੱਤਰ, ਮਾਰ ਕੇ ਮੇਰੀ ਧੀ ਮੇਰਾ ਇਲਾਜ ਕਰਾਇਆ, ਮੈਨੂੰ ਸੰਭਾਲਦੀ ਰਹੀ ਹੈ, ਆਪਣਾ ਜੀ ਹੁਣ ਮਾਰਕੀਟ ਜਿਹਾ ਮਕਾਨ ਉੱਤੇ ਕਬਜ਼ਾ ਕੀਤਾ ਨੇ, ਉਹ ਆਪਣਾ ਇਮਰਾਨ ਜਿਹੜਾ ਉਹਨੇ 2,00,000 ਰੁਪਈਆ ਮੇਰੇ ਕੋਲ ਲਿਆ ਸੀ, ਭੈਣ ਦੀ ਸ਼ਾਦੀ ਸੀ, ਉਹਨੇ ਅੱਜ ਤੱਕ ਨਹੀਂ ਦੇ, ਇਹਨਾਂ ਦੀ ਫੇਵਰ ਕਰਦਾ, ਪੈਸੇ ਖਾਂਦਾ, ਅੱਗੋਂ ਵੀ ਖਵਾਉਂਦਾ, ਅਤੇ ਉਹ ਮਾਰਕੀਟ ਮਕਾਨ ਜਿਹੜਾ ਹੁਣ ਮੇਰਾ ਸੀ ਉਹ 1 ਵਜਿਆ ਸੀ, ਉਹ 'ਤੇ ਵੀ ਕਬਜ਼ਾ ਕਰ ਲਏ। ਦੋ ਦੇ ਵਿੱਚ ਜਿਹੜੇ ਤੁਹਾਡੇ ਬੱਚੇ ਨੇ, ਤੁਸੀਂ ਇਹਨਾਂ ਵਾਸਤੇ ਬੜਾ ਕੁਛ ਕੀਤਾ, ਮਿਹਨਤਾਂ ਕੀਤੀਆਂ, ਮੁਸ਼ਕਤਾਂ ਕੀਤੀਆਂ, ਅਤੇ ਜਦੋਂ ਇਹਨਾਂ ਦੀ ਸ਼ਾਦੀਆਂ ਹੋ ਗਈਆਂ, ਸ਼ਾਦੀਆਂ ਤੋਂ ਬਾਅਦ ਵੀ ਤੁਹਾਡੇ ਬੱਚੇ ਸੁਧਰੇ ਨਹੀਂ, ਅਤੇ ਤੁਹਾਡੇ 'ਤੇ ਤਸ਼ੱਦਦ ਵਗੈਰਾ ਵੀ ਕੀਤਾ ਉਹਨਾਂ ਨੇ? ਮਾਰ ਕੁੱਟ ਕੇ ਬਾਹਰ ਕੱਢਿਆ ਉਹਨੇ, ਕਿ ਮੁਹੱਲੇ ਵਾਲੇ ਛੱਡ ਕੇ ਤਾਂ ਗਏ ਆਪਣੇ ਮੇਰੀ ਧੀ ਵੱਲ। ਕਿਸ ਤਰ੍ਹਾਂ ਤਸ਼ੱਦਦ ਕੀਤਾ ਤੁਹਾਡੇ 'ਚ? ਗ੍ਰੀਨ ਟੋਨ 2 ਬਲਾਕ 'ਚ ਉਹ ਰਹਿੰਦੀ, ਗ੍ਰੀਨ ਟੋਨ 5 ਬਲਾਕ 'ਚ ਅਸੀਂ ਰਹਿੰਦੇ ਸਾਂ, ਮੈਨੂੰ ਧੱਕੇ ਦਿੱਤੇ, ਆਪਣਾ ਛਿੱਤਰ ਮਾਰੇ, ਆਪਣਾ ਪੈਰ ਦੀ ਹੱਡੀ ਟੁੱਟ ਗਈ, ਅਤੇ ਸੜ ਤੋਂ ਛਿੱਤਰ ਮਾਰੇ, ਹੱਥੋਂ ਦੇ ਗਾਹਤੇ ਮਾਰ ਮਾਰ ਗਾਹਤੇ ਛਿੱਤਰ ਮਾਰੇ ਉਹਨੇ, ਦੋਵਾਂ ਨੇ ਧੱਕੇ ਦੇ ਕੇ ਬਾਹਰ ਕੱਢਿਆ, ਜੇ ਮੈਂ ਗਈ ਤਾਂ ਠੀਕ ਹੋ ਗਈ, ਤਾਂ ਮੈਂ ਗਈ ਤਾਂ ਮੈਂ ਤਾਲੇ ਬਦਲੀ ਕਰ ਲਏ, ਵੱਡਾ ਮੁੰਡਾ ਤਾਲੇ ਬਦਲੀ ਕਰ ਲੈਂਦਾ, ਉਹਨੇ ਤਾਲੇ ਬਦਲ ਕਰ ਲਏ, ਇੱਥੇ ਨਾ ਵੀ ਛੁਰੀਆਂ ਲਿਆ ਕੇ ਮੇਰੇ ਮਗਰ ਨੱਠਿਆਂ ਦੇ, ਇੱਥੇ ਨਾ ਹੀ ਮੱਲੇ ਨੇ ਗਾਓ ਮੱਲੇਦਾਰੀ ਬੁੜੀਆਂ ਜਿਹੜੀਆਂ ਨੇ, ਉਹਨਾਂ ਆ ਕੇ ਤਾਂ ਮੈਨੂੰ ਛਡਾਇਆ, ਬੁੱਛਾ ਤੂੰ ਆਪਣੇ ਚੁੱਪ ਕਰ ਕੇ ਚਲੀ ਜਾ ਘਰ, ਫਿਰ ਜਾ ਕੇ ਤਾਂ ਮੈਂ ਨਾ ਉਹ ਸਟੇ ਲੈ ਲਿਆ, ਮਕਾਨ ਵੇਚ, ਮੈਨੂੰ ਦੱਸਿਆ ਮੱਲੇ ਵਾਲੇ ਵੀ ਫੋਨ ਕਰਕੇ, ਅਤੇ ਮੈਂ ਤੇਰਾ ਤਾਂ ਮਕਾਨ ਵੇਚ ਦਿੱਤਾ ਉਹਨੇ ਸ਼ਰੀਫ ਨਾਲ ਹੱਥਾਂ 'ਚ ਪਾ ਕੇ, ਤਾਂ ਉਹਨੂੰ ਤਾਂ ਪਤਾ ਨਹੀਂ ਲੱਗਦਾ ਮਕਾਨ ਵੇਚ ਲਿਆ, ਐਡੇ ਵਕਤਾਂ ਨੇ ਬਣਾਇਆ ਸੀ, ਮੈਂ ਸਟੇ ਲਵਾਇਆ ਤਾਂ ਮੁੜ ਕੇ ਜਾਂਦੇ ਤੇ ਉਹਨੇ ਮਤਲਬ ਸਗੋਂ ਥਾਣੇ ਜਾ ਕੇ ਸਗੋਂ ਸਾਨੂੰ ਜ਼ਲੀਲ ਕੀਤਾ, ਉਹ ਇਮਰਾਨ ਮੁੰਡਾ ਜਿਹੜਾ ਉਹਦੇ ਨਾਲ ਰਲ ਕੇ ਸਾਨੂੰ ਜ਼ਲੀਲ ਕੀਤਾ, ਜੀ 8 ਲੱਖ ਰੁਪਈਆ ਮੇਰੇ ਜਵਾਈ ਨੇ ਉੱਥੇ 8 ਲੱਖ ਰੁਪਈਆ ਦਿੱਤਾ ਤੀ ਜਵਾਈ ਨੇ, ਅਤੇ ਆਪਣੇ ਸਾਡੇ 'ਤੇ ਉਹ ਬਦਨਾਮੀ ਲਾਈਆਂ, ਕਿਸੇ ਨਾਲ ਬਹਿ ਕੇ ਹੁਣ ਥਾਣੇ 'ਚ ਬਹਿ ਕੇ ਮੇਰੇ ਦੋਵਾਂ ਪੁੱਤਰਾਂ ਨੇ ਕਿਹਾ ਸਾਡੀ ਮਾਂ ਦਾ ਚਾਲ ਚੱਜਣ ਨਹੀਂ ਠੀਕ, ਪਿਓ ਨੂੰ ਤਲਾਕ ਦੇ, ਮੇਰੇ ਸਾਡੇ ਪਿਓ ਨੇ ਸਾਨੂੰ ਇਹਨੂੰ ਤਲਾਕ ਦੇ, ਇਹ ਤਾਂ ਹੱਕਦਾਰ ਹੀ। ਜਿਹੜਾ ਬੱਚਿਆਂ ਦਾ ਪਿਓ ਸੀ ਉਹਦੇ ਨਾਲ ਕੀ ਮਾਮਲਾ ਪੇਸ਼ ਹੋਇਆ, ਬੱਚਿਆਂ ਦੇ ਪਿਓ ਨਾਲ ਬੱਚਿਆਂ ਦਾ ਰਵੱਈਆ ਕੈਸਾ ਸੀ? ਕੁਛ ਨਹੀਂ, ਉਹਨਾਂ ਨੇ ਰਵੱਈਆ ਕੋਈ ਨਹੀਂ ਸੀ, ਉਹਨੂੰ ਡਰਾ ਟਮਕਾ ਕੇ ਪਤਾ ਨਹੀਂ ਕੀ ਕੀਤਾ, ਮੁੜ ਕੇ ਵੱਡੇ ਨੇ ਅੱਗ ਲਾ ਦਿੱਤੀ, ਆਪਣਾ ਆਪਣੇ 'ਤੇ ਤੇਲ ਸੁੱਟਿਆ ਝੂਠਾ ਮੋਟਾ, ਘਰ ਦੇ ਵਿੱਚ ਕੱਪੜੇ ਕੁਪੜੇ ਰੱਖ ਕੇ ਪਾਟੇ ਪਰਾਂ 'ਤੇ ਅੱਗ ਲਾਈ ਉਸ, ਮੁੜ ਕੇ ਉਹਨਾਂ ਨੂੰ ਆ ਕੱਪੜਿਆਂ ਨੂੰ ਅੱਗ ਲਾ ਕੇ ਅਤੇ ਮੋਰਾ ਕੱਢ ਕੇ ਨਾ, ਐਡਾ ਬੜਾ ਨਾਲ ਕਮਰਾ ਸੀ ਉਹ 'ਚ ਮੋਰਾ ਕਰਕੇ ਅਤੇ ਉਹਦੇ ਵਿੱਚੋਂ ਦੀ ਅੱਗ ਸੁੱਟੀ ਉਸ, ਮਤਲਬ ਆਪਣੇ ਪਿਓ ਨੂੰ ਵੀ ਜਲਾ, ਪਿਓ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ, ਉਹ ਕੁੰਡੀ ਲਾ ਕੇ ਅੰਦਰ ਵੜ ਗਏ, ਪਰਾਂ ਨੁਕਰੇ ਹੋ ਗਿਆ ਕਿਤੇ,
ਪਹਿਲੋਂ ਮੈਂ ਉਹਨੂੰ ਕਰਨ ਲੱਗਾ ਨਾ ਹੋਣਾ ਨਹੀਂ ਕੁਛ, ਉਹ ਨੱਠ ਕੇ ਜਾ ਕੇ ਤੂੰ ਕੁੰਡੀ ਉਹਨੇ ਲਾ ਲਈ। ਉਹ ਫਿਰ ਗਰੀਨ ਟੋਲਿਆ ਠਾਣੇ ਵਾਲੇ ਗਏ, ਅੰਬਲ ਉੱਥੋਂ ਆਪ ਗਏ ਆਪਣਾ ਅੱਗ ਬੁਝਾਉਣ ਵਾਲੇ ਗਏ, ਉਹਨਾਂ ਜਾ ਕੇ ਅੱਗ ਬੁਝਾਈ। ਮੈਂ ਫਿਰ ਆਖਿਆ ਤੂੰ ਤੁਸੀਂ ਇਹ ਕੰਜਰ ਖਾਨੇ ਕੀਤਾ, ਮੈਨੂੰ ਤਾਂ ਘਰੋਂ ਕੱਢਿਆ, ਹੁਣ ਤਮਾਸ਼ੇ ਕੀ ਕਰਦੇ। ਅਤੇ ਬੱਚਿਆਂ ਦਾ ਪਿਆਸਟਮ ਕਿੱਥੇ? ਹਾਂ ਉਹ ਤਾਂ ਫੌਤ ਹੋ ਗਿਆ। ਕਿੰਨੀ ਦੇਰ ਪਹਿਲਾਂ? 4.5 ਮਹੀਨੇ ਹੋ ਗਏ। ਕਿਸ ਤਰ੍ਹਾਂ ਫੌਤ ਹੋਈ? ਆਪ ਉਹਨੂੰ ਆਪਣਾ ਰੋਟੀ ਨਹੀਂ ਦਿੱਤੀ, ਨਾ ਉਹਨੂੰ ਕੱਪੜੇ ਦਿੱਤੇ, ਨਾ ਰੋਟੀ ਦਿੱਤੀ। ਠੰਡ ਨਾ ਉਧਰ ਭੁੱਖ ਅਤੇ ਠੰਡ ਨਾਲ ਮਰ ਗਿਆ। ਜਿੰਨੇ ਕਿਸੇ ਨੇ ਰੋਟੀ ਦੇ ਤੀ ਬਾਹਰ ਫਿਰ ਫਿਰਨ ਤੁਰ ਗਿਆ। ਭੈਣ 70 ਸਾਲ ਦੀ ਉਮਰ ਹੈ। ਅਤੇ ਜਿਹੜਾ ਤੁਹਾਡਾ ਮਤਲਬ ਹਸਬੈਂਡ ਜਿਹੜਾ ਸੀ, ਖਾਵੰਦ ਜਿਹੜਾ ਸੀ, ਜਦੋਂ ਇਹਨਾਂ ਨੂੰ ਰੋਟੀ ਨਹੀਂ ਮਿਲਦੀ ਸੀ ਤੁਹਾਡੇ ਖਾਵੰਦ ਨੂੰ, ਅਤੇ ਤੁਹਾਡੇ ਬੱਚਿਆਂ ਦੇ ਕੋਲ ਰਹਿੰਦਾ ਸੀ? ਉੱਥੇ ਉੱਥੇ ਬਾਘਾ ਬਾਂਡਰ ਲਿਆ ਗਿਆ ਧੱਕੇ ਨਾਲ। ਨਾਜ਼ਰੀਨ ਦੇਖੇ, ਜ਼ਾਲਮ ਬੇਟੇ ਦੋਨੋਂ ਜੋ ਹੈ ਆਪਣੇ ਹੀ ਬਾਪ ਕੋ ਜੋ ਹੈ ਕਿ ਬਾਘਾ ਬਾਰਡਰ ਕੇ ਪਾਸ ਕਿਸੀ ਘਰ ਮੇਂ ਲੈ ਗਏ, ਔਰ ਆਪਣੇ ਬਾਪ ਕੋ ਖਾਣਾ ਤੱਕ ਨਹੀਂ ਦਿਆ। ਸਰਦੀਆਂ ਕੇ ਦਿਨ ਥੇ, ਬਾਪ ਜੋ ਹੈ ਵੋ ਨਾ ਖਾਣਾ ਮਿਲਾ ਸਰਦੀਆਂ ਮੇਂ, ਨਾ ਕੋਈ ਕੱਪੜਾ ਮਿਲਾ ਕੇ ਬਾਪ ਜੋ ਹੈ ਵੋ ਕੋਈ ਕੱਪੜਾ ਉੱਪਰ ਆਪਣੇ ਜ਼ੇਬੇ ਤਨ ਕਰੇ, ਕੁਛ ਕੱਪੜਾ ਪਹਿਨ ਲੇ। ਅਬ ਯੇ ਜੋ ਮਾਂ ਜੀ ਹੈ ਯੇ 65 ਸਾਲਾਂ ਹੈ, ਔਰ ਅਭੀ ਇਨ ਪੇ ਵੀ ਤਸ਼ੱਦਦ ਜੋ ਹੈ ਵੋ ਕੀਆ ਜਾ ਰਹਾ ਹੈ, ਔਰ ਇਨਕੋ ਜੋ ਹੈ ਵੋ ਡਰਾਇਆ ਧਮਕਾਇਆ ਜਾ ਰਹਾ ਹੈ ਕਿ ਇਨਕਾ ਘਰ ਜੋ ਹੈ ਜੋ ਬਾਕੀ ਬੱਚਾ ਚਾੜ ਮਰ ਲੇ ਵੋ ਵੀ ਕਬਜ਼ਾ ਕਰ ਲੈਣਗੇ। ਅੱਛਾ ਮੈਂ ਕੀਤਾ ਨੇ ਕੀਤਾ? ਹਾਂ ਕਬਜ਼ਾ ਕੀਤਾ ਨੇ, ਆਖਿਆ ਵਿੱਚੇ ਹੀ ਸਮਾਨ ਸੀ, ਮੇਰੀ ਧੀ ਦਾ ਸਾਡਾ ਸਮਾਨ ਸੀ, ਵਿੱਚੇ ਹੀ ਫੜ ਕੇ ਤਾਲਾ ਤੋੜ ਕੇ, ਕਿਰਾਏਦਾਰ ਨਾਲ ਰਲ ਕੇ ਤਾਲਾ ਤੋੜ ਕੇ ਤਾਂ ਕਬਜ਼ਾ ਕਰ ਲਿਆ। ਜਿਹੜਾ TR ਗਾਡਰ ਪਏ ਸਨ ਉਹ ਤੋਂ ਸੁੱਟ ਕੇ ਥੱਲੇ ਮਕਾਨ ਸੁੱਟ ਕੇ, ਅਤੇ ਉੱਤੇ ਆਪਣਾ ਜੀ ਬਾਲੇ ਪਾ ਲਿਆ ਦੇ ਸਿਰਮਣ ਦੇ, ਸਿਰਮਣ ਦੇ ਬਾਲੇ ਪਾ ਕੇ TR ਦੂ ਦਿਨਾਂ 'ਚ ਛੱਤ ਪਾ ਪੁੱਗ ਅਤੇ ਚੱਲ ਉਹਦੇ ਵਿੱਚ ਕਬਜ਼ਾ ਕਰਕੇ ਬਹਿ ਗਏ। ਤਾਂ ਦੇ ਇੱਥੇ ਨਾ ਆਇਆ ਤੁਹਾਨੂੰ ਮਾਰਦਿਆਂ ਨੇ, ਸਾਨੂੰ ਕਿਸੇ ਨੇ ਫੋਨ ਕਰਕੇ ਮੱਲੇ ਵਾਲੇ ਨੇ ਦੱਸਿਆ ਪਤਿਹਾੜੇ ਦੇ ਆਬਾ ਜਾਂਦਾ ਸਾਡਾ ਪਿਓ ਮਰ ਗਿਆ ਤਾਂ ਅਸੀਂ ਕਬਜ਼ਾ ਕਰ ਲਿਆ, ਸਾਡੀ ਮਾਂ ਦਾ ਕੋਈ ਹੱਕ ਦਾਵਾ ਨਹੀਂ ਹੈਗਾ। ਵੱਡਾ ਛੋਟਾ ਜੜੋ ਦੇ 4 ਮੁੰਡੇ ਨੇ, ਵੱਡੇ ਨੇ 2 ਬੁੜੀਆਂ ਕੀਤੀਆਂ, ਇੱਕ ਰਜ਼ੀਆ ਇੱਕ ਛਬੀਨਾ, ਦੋਵਾਂ ਦੋਨੋਂ ਹੀ ਬਾਂਝ ਨੇ, ਦੋਵਾਂ ਦੇ ਹੋਲੇ ਹੋਈ ਕੋਈ ਔਲਾਦ ਜਵਾਦ ਕੋਈ ਨਹੀਂ ਹੋਈ, ਦੁਨੀਆਂ ਭਰ ਦਾ ਇਲਾਜ ਕਰ ਛੱਡੇ। ਤੁਸੀਂ ਇਸ ਟਾਈਮ ਕਿੱਥੇ ਰਹਿੰਦੇ? ਮੈਂ ਵੀ ਤੇ ਕੋਲ ਰਹਿੰਦੀ ਹਾਂ ਬੇਟੀ ਦੇ ਕੋਲ। ਬੇਟੀ ਦੇ ਕੋਲ ਰਹਿੰਦੇ? ਬੇਟੀ ਸੰਭਾਲ ਦੀ, ਉਹ ਹੀ ਹੈ ਮੇਰਾ 10,000 ਮਹੀਨੇ ਦੇ, ਅਤੇ ਮੇਰੀਆਂ ਦਵਾਈਆਂ ਸ਼ੂਕਰ ਹੈ ਮੈਨੂੰ, ਬਲੱਡ ਹੈ ਮੈਨੂੰ, ਉਹ ਹੀ ਇਲਾਜ ਕਰਾਉਂਦੀ, ਉਹ ਹੀ ਮੇਰਾ ਕਰਦੀ ਹੈ ਸਾਰਾ ਕੁਝ। ਬਹੁਤ ਹੀ ਅੱਛਾ ਮੇਰਾ ਧੀ ਜਵਾਈ ਹੈ, ਇਹਦੇ ਨਾਲ ਤਾਂ ਮੈਂ 2-3 ਹੋਰ ਮੈਰਿਜ ਵਗਲੀਆਂ ਜੰਮ ਲਈ ਅਤੇ ਮੈਂ ਖੁਸ਼ ਹੁੰਦੀ। ਅਤੇ ਮੈਨੂੰ ਵੀ ਧਮਕੀਆਂ ਨੇ, ਤੁਹਾਨੂੰ ਨੱਠ ਲਓ ਮਾਵਾਂ ਤੀਆਂ, ਕਿੰਨਾ ਕੁ ਨੱਠੋ ਦੀਆਂ, ਤੁਹਾਨੂੰ ਛੱਡਣਾ, ਤੁਹਾਨੂੰ ਧਮਕੀਆਂ ਦਿੱਤੀਆਂ, ਮਾਰਨ ਦੀਆਂ ਧਮਕੀਆਂ ਦਿੱਤੀਆਂ, ਤੁਹਾਨੂੰ ਨਹੀਂ ਦੋਵਾਂ ਨੇ ਦਿੱਤੀਆਂ, ਤੁਹਾਨੂੰ ਦੋਵਾਂ ਨੂੰ ਨਹੀਂ ਛੱਡਣਾ, ਪਲਾਟ ਦੇ ਨੇੜੇ ਨਾ ਆਏ, ਇੱਥੇ ਨਾ ਆਏ। ਪੁਲਿਸ ਵਾਲੇ ਕੀ ਕਹਿੰਦੇ ਨੇ? ਪੁਲਿਸ ਵਾਲਿਆਂ ਕੋਲ ਜਾਂਦੇ ਹਾਂ, ਸਿਰ ਤੋਂ ਲੈ ਕੇ ਛਾਵਾਂ ਤੱਕ ਬਹਿ ਰਹੀ ਨੇ, ਉਹ ਥੱਲੇ ਉਤਲੇ ਜਿਹੜੇ ਨੂੰ ਸਾਨੂੰ ਦੇ ਦਿੰਦੇ ਨੇ PFS ਜਾਲ ਕੱਟੀ ਜਾਏ ਦੀ, ਜਿਹੜੇ ਕੋਲ ਅਸਰ ਕਾਗਜ਼ ਹੁੰਦੇ ਨਾ ਉਹਨੂੰ ਮੈਂ ਕਬਜ਼ਾ ਦਵਾਵਾਂ, ਤਾਂ ਉਹਨੂੰ ਵਿੱਚ ਬਿਠਾਵਾਂ। ਉਹ ਕੀਤਾ, ਉਹ ਕਾਗਜ਼ ਨਹੀਂ ਲੈ ਕੇ ਆਇਆ, ਇੱਕ ਪਰਚਾ ਜਿਹਾ ਤੁਰਿਆ ਫਿਰਦਾ, ਮੈਂ 5 ਲੱਖ ਦੇ ਕੇ ਮੈਂ ਮਕਾਨ ਖਰੀਦਿਆ, ਉਦੋਂ 7ਵੀਂ 'ਚ ਪੜ੍ਹਦਾ ਸੀ, ਇਹਨੇ ਕਿੱਥੋਂ ਲੈ ਲਿਆ ਮਕਾਨ? ਉਹਨੇ ਆਖਿਆ ਤੂੰ ਕਿੱਥੋਂ ਲੈ ਲਿਆ? ਤੇਰੀ ਮਾਂ ਕੋਲ ਕਾਗਜ਼ ਨੇ ਸਾਰੇ ਉਹਦੇ ਕੋਲ ਨੇ, ਅਤੇ ਉਹ ਭੱਜ ਫਰ ਕਰੀ ਇਹਦੇ ਵਿੱਚ ਕਾਗਜ਼ ਨੇ। ਉਹਨੇ ਕਿਹਾ ਤੇਰੀ ਮਾਂ ਨੇ ਖਰੀਦਿਆ, ਤੇਰੀ ਮਾਂ ਕੋਲ ਹੀ ਸਾਰਾ ਕੁਝ ਹੋਣਾ, ਤੂੰ ਇੱਥੇ ਕੀ ਆਉਣਾ, ਤੈਨੂੰ ਕਾਗਜ਼ ਨਹੀਂ ਦੇਣ। ਉਹਨੇ ਕੀਤਾ, ਉਹਨੇ ਆਖਿਆ ਤੇਰੇ ਸੇ ਪਰਚਾ ਹੋਵੇ, ਤੂੰ ਬੜਾ ਚਤਰ ਬਣ, ਮਾਂ ਤੋਂ ਤੇ ਭੈਣ ਤੋਂ ਵਾਰ ਕੇ ਤੇ ਪਰਚੀ ਜਿਹੜੀ ਲਈ ਪੈਂਦਾ ਝੂਠੀ, ਇਹ ਸੁੱਟ ਦੇ ਅਤੇ ਮੈਂ ਤੈਨੂੰ ਮਾਫ਼ ਕਰ ਦਿਆਂ।